ਹੈਲੋ ਗਾਇਜ਼ ਅਸਲਾਮੁਅਲੈਕਮ ਕੀ ਹਾਲ ਚਾਲ ਨੇ ਤੁਹਾਡੇ ਅੱਜ ਬੜੇ ਦਿਨਾਂ ਬਾਅਦ ਵਲੌਗ ਬਣਾਇਆ ਹੈ ਦਰਸਲ ਅਸੀਂ ਥੋੜੇ ਮਸਰੂਫ ਸੀ ਸਾਡੇ ਘਰ ਅੱਲਾ ਨੇ ਪਰ ਹੀ ਦਿੱਤੀ ਹੈ ਤੇ ਪਰ ਹੀ ਦੇ ਵਿੱਚ ਅਸੀਂ ਸਾਰੇ ਮਸਰੂਫ ਸੀ ਹਾਲੇ ਵੀ ਅਸੀਂ ਬਹੁਤ ਸਾਰੇ ਮਸਰੂਫ ਆ ਦੇਖੋ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮੀਆਂ ਸਭ ਮੇਰੇ ਸਬਜ਼ੀ ਬਣਾ ਰਹੇ ਨੇ ਲੇਕਿਨ ਮੈਂ ਕਿਹਾ ਕਿ ਚਲੋ ਅੱਜ ਛੋਟਾ ਜਿਹਾ ਇੱਕ ਵਲੌਗ ਬਣਾ ਲੈਨੇ ਆਂ ਔਰ ਸਬਜ਼ੀ ਚਾਹ ਅਜ ਬਣ ਰਿਹਾ ਹੈ ਕਦੂ ਸ਼ਰੀਫ ਬੱਚੇ ਆਪਣੀ ਆਪਣੀ ਐਕਟੀਵਿਟੀਜ਼ ਮਸਰੂਫ ਨੇ ਕੋਈ ਮੋਬਾਈਲ ਵੇਖਣ ਦੇ ਆ ਤੇ ਕੋਈ ਕੁਛ ਕਰਨ ਦੇ ਆ ਤੇ ਮੈਂ اور ਮੇਰਾ ਛੋਟਾ ਬੇਟਾ ਪਰੀ ਨੂੰ ਖਲਾ ਰਹੇ ਆ ਲੇਕਿਨ ਪਰੀ ਜਿਹੜੀ ਬਹੁਤ ਰੋ ਰਹੀ ਹੈ ਤੇ ਮੀਆਂ ਸਬ ਬਣਾ ਰਹੇ ਨੇ ਕਦੂ شریف ਜਿਹੜਾ ਕਿ ਮਸਾਲਾ ਬਣਾ ਕੇ ਤੇ ਚਿਕਨ ਭੁੰਨ ਲਿਆ ਏ ਥੋੜਾ ਜਿਹਾ ਹੁਣ ਕਦੂ شریف ਜਿਹੜਾ ਉਹ ਧੋ ਕੇ ਤੇ ਇਹਦੇ ਵਿੱਚ ਸ਼ਾਮਲ ਕਰਨਗੇ ਲੇਕਿਨ ਇਸ ਤੋਂ ਪਹਿਲੇ ਮਸਾਲੇ ਦੇ ਵਿੱਚੋਂ ਚਿਕਨ ਕੱਢ ਲਾਂਗੇ ਔਰ ਕਿਉਂਕਿ ਚਿਕਨ ਜਿਹੜਾ ਉਹ ਜਲਦੀ गल ਜਾਂਦਾ ਹੈ ਇਸ ਲਈ ਕਦੂ ਗਲਣ ਚ ਟਾਈਮ ਲੱਗਦਾ ਹੈ ਤੇ ਚਿਕਨ ਨੂੰ ਕੱਢ ਲੈਣਗੇ ਇੱਕ ਸਾਈਡ ਤੇ ਔਰ ਫਿਰ ਇਹਦੇ ਵਿੱਚ ਡਾਲ ਦੇਣਗੇ ਕਦੂ ਸ਼ਰੀਫ ਤੇ ਤੁਸੀਂ دیکھتے ਜਾਓ ਵੀਡੀਓ ਨੂੰ ਇੰਜੋਏ ਕਰਦੇ ਜਾਓ ਔਰ ਹੋ ਸਕੇ ਤੇ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਵੀ ਕਰ ਦੇਣਾ ਬਹੁਤ ਮਿਹਰਬਾਨੀ ਹੋਏਗੀ ਤੁਹਾਡੀ ਵਿਊਜ਼ ਤੇ ਮਾਸ਼ਾਅੱਲਾ ਬਹੁਤ ਸਾਰੇ ਆਉਂਦੇ ਨੇ ਲੇਕਿਨ ਸਬਸਕ੍ਰਾਈਬ ਕੋਈ ਨਹੀਂ ਕਰਦਾ ਔਰ ਨਾ ਹੀ ਲਾਈਕ ਕਰਦਾ ਜੇ ਅਗਰ ਤੁਹਾਨੂੰ ਵੀਡੀਓ ਅੱਛੀ ਨਹੀਂ ਲੱਗਦੀ ਤੇ ਕਮੈਂਟ ਸੈਕਸ਼ਨ ਚ ਤੁਸੀਂ ਦੱਸ ਸਕਦੇ ਹੋ ਕਿ ਕੀ ਕਮੀ ਆ ਤੇ ਅਸੀਂ ਫਿਰ ਉਹ ਕਮੀ ਪੂਰੀ ਕਰ ਸਕਦੇ ਆ ਤੇ ਬੜੀ ਮਿਹਰਬਾਨੀ ਹੋਏਗੀ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਅੱਗੇ ਤਾਂ ਕਿ ਸਾਰੇ ਦੇਖ ਸਕਣ ਜਿਹਨੂੰ ਨਹੀਂ ਪਤਾ ਉਹ ਵੀ ਦੇਖ ਸਕੇ ਠੀਕ ਹੈ ਔਰ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਹੁਣ ਕੇ ਮਸਾਲੇ ਦੇ ਵਿੱਚ ਕਦੂ ਸ਼੍ਰੀਫ ਡਾਲ ਦਿੱਤਾ ਹੈ ਔਰ ਕਦੂ ਸ਼੍ਰੀਫ ਡਾਲਣ ਤੋਂ ਬਾਅਦ ਬਿਨਾ ਪਾਣੀ ਤੋਂ ਹਾਂਡੀ ਪਕੇਗੀ ਠੀਕ ਹੈ ਬਿਨਾ ਪਾਣੀ ਤੋਂ ਚਲੋ ਜਿਸ ਤਰ੍ਹਾਂ ਕੇ ਦੇਖਿਆ ਤੁਸੀਂ ਕੇ ਕਦੂ ਸ਼੍ਰੀਫ ਪਕਰਿਆ ਹੈ ਚਿਕਨ ਦੇ ਨਾਲ ਤੇ ਤੁਹਾਡਾ ਵੇਖਣ ਦਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਅੱਛੀ ਸਪੋਰਟ ਕਰ ਰਹੇ ਨੇ ਸਾਰੇ ਲੇਕਿਨ ਫੇਰ ਵੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਬੜੀ ਮਿਹਰਬਾਨੀ ਹੋਏਗੀ ਤੁਹਾਡੀ ਕਿ ਚੈਨਲ ਨੂੰ ਜਿੰਨਾ ਹੋ ਸਕੇ ਅੱਗੇ ਗਰੋ ਕਰਵਾਓ ਸਬਸਕ੍ਰਾਈਬ ਵੀ ਕਰੋ ਔਰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰੋ ਤਾਂ ਕਿ ਅੱਗੇ ਪਹੁੰਚ ਸਕੇ ਠੀਕ ਹੈ ਜੀ ਔਰ ਅੱਜ ਦੀ ਵੀ ਵਲੋਗ ਇੰਨੀ ਕਿਸੇ ਸਾਰੀ ਤੇ ਬਾਕੀ ਇਨਸ਼ਾਅੱਲਾ ਕੰਟੀਨਿਊ ਕਰਾਂਗੇ ਅੱਗੇ ਕੋਸ਼ਿਸ਼ ਇਹ ਹੈ ਕਿ ਜਲਦੀ ਤੋਂ ਜਲਦੀ ਵੀਡੀਓ ਡਾਲੀਏ ਲੇਕਿਨ ਫਿਰ ਵੀ 1-2 ਦਿਨ ਲੇਟ ਹੋ ਜਾਂਦੀ ਹੈ ਬਸ ਥੋੜੀ ਜਿਹੀ ਮਸਰੂਫੀਅਤ ਆ ਤੇ ਜਿਹਦੀ وجہ ਤੋਂ ਇਸ ਤਰ੍ਹਾਂ ਹੋ ਰਿਹਾ ਹੈ ਔਰ ਕੁਸ਼ਿਸ਼ ਇਹ ਆ ਕਿ ਗੈਸ ਦਾ ਬਹੁਤ ਮਸਲਾ ਹੋ ਰਿਹਾ ਹੈ ਗੈਸ ਦੀ ਲੋਡ ਸ਼ੈਡਿੰਗ ਇਹਦੇ ਨਾਲ ਵੀ ਬਹੁਤ ਸਾਰੇ ਟਾਈਮ ਜਿਹੜਾ ਨਾ ਇਧਰ ਉਧਰ ਵੇਸਟ ਹੋ ਜਾਂਦਾ ਹੈ ਔਰ ਜਿਹਦੀ وجہ ਤੋਂ ਨਾ ਫਿਰ ਬਹੁਤ ਸਾਰੇ ਕੰਮ ਜਿਹੜੇ ਨਾ ਹੋ ਰਹੀ ਜਾਂਦੇ ਔਰ ਜਦੋਂ ਗੈਸ ਆਂਦਾ ਹੈ ਤੇ ਫਿਰ ਹੁੰਦਾ ਹੈ ਕਿ ਬਸ ਵੀ ਆ ਵੀ ਕਰ ਲੋ ਤੇ ਆ ਵੀ ਕਰ ਲੋ ਤੇ ਆ ਵੀ ਕਰ ਲੋ ਬਸ ਜਲਦੀ ਜਲਦੀ ਸਾਰਾ ਕੁਝ ਕਰ ਲੋ ਠੀਕ ਹੈ ਚਲੋ ਜੀ ਹੁਣ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਸਾਰਾ ਟਾਈਮ ਦਿੱਤਾ ਮੇਰੀ ਵੀਡੀਓ ਨੂੰ ਔਰ ਇਨਸ਼ਾਅੱਲਾ ਨੈਕਸਟਲੀ ਸ਼ਾਰਟ ਵੀਡੀਓ ਵੀ ਤੇ ਦੂਸੀ ਵੀਡੀਓ ਵੀ ਆਂਦੀ ਰਹੇਗੀ ਮਿਲਦੇ ਆਂ ਅਗਲੀ ਵੀਡੀਓ ਚ ਅੱਲਾ ਹਫਿਜ਼